ਵਿੱਚ ਸਵਾਗਤ ਕਰਦੀ ਹਾਂ। ਅੱਜ ਸਾਡੇ ਸਟੂਡੀਓ ਵਿੱਚ ਹੋਣਹਾਰ ਵਿਦਿਆਰਥਣਾ ਮੌਜੂਦ ਹਨ ਜਿਨ੍ਹਾਂ ਨੇ ਯੂਨੀਵਰਸਿਟੀ ਵਿੱਚ ਟੌਪ ਪੋਜੀਸ਼ਨ ਹਾਸਲ ਕਰਕੇ ਸਨਮਾਨ ਹਾਸਲ ਕੀਤਾ। ਆਓ ਇਹਨਾਂ ਹੋਣਹਾਰ ਵਿਦਿਆਰਥਣਾ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹਨਾਂ ਤੋਂ ਜਾਣੂ ਕਰਵਾਉਂਦੇ ਹਾਂ। ਮੇਰਾ ਨਾਮ ਮਹਿਕ ਹੈ ਅਤੇ ਮੈਂ MSc ਫੈਸ਼ਨ ਡਿਜ਼ਾਈਨਿੰਗ ਦੀ ਸਟੂਡੈਂਟ ਹਾਂ। ਮੇਰਾ ਨਾਮ ਅਮਨਜੋਤ ਹੈ ਅਤੇ ਮੈਂ MCOM ਫਾਈਨਲ ਈਅਰ ਦੀ ਸਟੂਡੈਂਟ ਹਾਂ। ਮੇਰਾ ਨਾਮ ਦਿਵਿਆ ਹੈ ਅਤੇ ਮੈਂ BA ਫਾਈਨਲ ਈਅਰ ਦੀ ਸਟੂਡੈਂਟ ਹਾਂ। ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਕਿਹੜੀ ਕਲਾਸ ਵਿੱਚ ਟੌਪ ਕੀਤਾ ਹੈ ਅਤੇ ਤੁਸੀਂ ਕਿਹੜੀ ਸਟ੍ਰੀਮ ਤੋਂ ਬਿਲੋਂਗ ਕਰਦੇ ਹੋ? ਸਭ ਤੋਂ ਪਹਿਲਾਂ ਮਹਿਕ, ਮੈਂ ਫੈਸ਼ਨ ਡਿਜ਼ਾਈਨਿੰਗ ਸਟ੍ਰੀਮ ਤੋਂ ਬਿਲੋਂਗ ਕਰਦੀ ਹਾਂ ਅਤੇ ਮੈਂ BSc ਫਸਟ ਈਅਰ, ਸੈਕਿੰਡ ਈਅਰ ਅਤੇ ਥਰਡ ਈਅਰ ਵਿੱਚ ਵੀ ਟੌਪ ਕੀਤਾ ਹੈ। ਅਮਨਜੋਤ, ਮੈਂ ਕਾਮਰਸ ਸਟ੍ਰੀਮ ਤੋਂ ਬਿਲੋਂਗ ਕਰਦੀ ਹਾਂ। ਮੈਂ BCOM ਫਿਫਥ ਸਮੈਸਟਰ 'ਚ ਟੌਪ ਕੀਤਾ ਸੀ, ਉਸ ਤੋਂ ਬਾਅਦ ਮੈਂ MCOM ਦੇ ਦੋਨੋਂ ਸਮੈਸਟਰਾਂ ਵਿੱਚ ਲਗਾਤਾਰ ਯੂਨੀਵਰਸਿਟੀ 'ਚ ਫਸਟ ਪੋਜੀਸ਼ਨ ਹਾਸਿਲ ਕੀਤੀ। ਦਿਵਿਆ, ਮੈਂ ਆਰਟਸ ਸਟ੍ਰੀਮ ਤੋਂ ਬਿਲੋਂਗ ਕਰਦੀ ਹਾਂ ਅਤੇ ਮੈਂ ਸੈਕਿੰਡ ਈਅਰ ਵਿੱਚ ਫਸਟ ਪੋਜੀਸ਼ਨ ਹਾਸਿਲ ਕੀਤੀ ਅਤੇ BA ਫਸਟ ਈਅਰ ਵਿੱਚ ਮੈਂ ਥਰਡ ਪੋਜੀਸ਼ਨ ਹਾਸਿਲ ਕੀਤੀ ਸੀ। ਅੱਜ ਤੁਸੀਂ ਇਸ ਮੁਕਾਮ 'ਤੇ ਹੋ ਅਤੇ ਇਸ ਪਿੱਛੇ ਕਿਸ ਦਾ ਯੋਗਦਾਨ ਹੈ? ਮਹਿਕ, ਮੈਂ ਆਪਣੇ ਸਕਸੈਸ ਦਾ ਕ੍ਰੈਡਿਟ ਸਭ ਤੋਂ ਪਹਿਲਾਂ ਆਪਣੇ ਪੇਰੈਂਟਸ ਨੂੰ ਅਤੇ ਕਾਲਜ ਦੇ ਟੀਚਰ ਨੂੰ ਦੇਣਾ ਚਾਹਾਂਗੀ ਜਿਨ੍ਹਾਂ ਨੇ ਮੈਨੂੰ ਸਕਸੈਸ ਹਾਸਿਲ ਕਰਨ ਲਈ ਸਭ ਤੋਂ ਜ਼ਿਆਦਾ ਪ੍ਰੇਰਿਤ ਕੀਤਾ। ਮੇਰੇ ਟੀਚਰਸ ਨੇ ਮੈਨੂੰ ਹਰ ਸਬਜੈਕਟ ਵਿੱਚ ਅੱਗੇ ਵਧਣ ਦਾ ਸਾਹਸ ਦਿੱਤਾ ਤਾਂ ਕਿ ਮੈਂ ਸਭ ਸਾਰੇ ਬੱਚਿਆਂ ਨਾਲੋਂ ਕੁਛ ਹਟ ਕੇ ਅਤੇ ਕੁਛ ਵਧੀਆ ਕਰ ਸਕਾਂ। ਅਮਨਜੋਤ, ਮੈਂ ਇਸ ਮੁਕਾਮ 'ਤੇ ਪਹੁੰਚ ਕੇ ਬਹੁਤ ਹੀ ਪ੍ਰਾਊਡ ਫੀਲ ਕਰ ਰਹੀ ਹਾਂ। ਇਸ ਸਕਸੈਸ ਦੇ ਪਿੱਛੇ ਸਭ ਤੋਂ ਵੱਡਾ ਕ੍ਰੈਡਿਟ ਮੇਰੇ ਟੀਚਰਸ ਦਾ ਹੈ ਜਿਨ੍ਹਾਂ ਨੇ ਮੈਨੂੰ ਰੈਗੂਲਰਲੀ ਮੋਟੀਵੇਟ ਕੀਤਾ, ਮੈਨੂੰ ਹਰ ਸਬਜੈਕਟ ਦੇ ਨੋਟਸ ਪ੍ਰੋਵਾਈਡ ਕੀਤੇ ਅਤੇ ਨਾਲ ਦੇ ਨਾਲ ਮੈਂ ਆਪਣੇ ਪੇਰੈਂਟਸ ਦਾ ਵੀ ਬਹੁਤ ਜ਼ਿਆਦਾ ਥੈਂਕਸ ਕਰਾਂਗੀ ਜਿਨ੍ਹਾਂ ਨੇ ਮੈਨੂੰ ਹਰ ਪਲ ਸਪੋਰਟ ਕੀਤਾ। ਦਿਵਿਆ, ਇਸ ਵਿੱਚ ਮੈਂ ਸਭ ਤੋਂ ਵੱਡਾ ਯੋਗਦਾਨ ਆਪਣੇ ਟੀਚਰਸ ਦਾ ਅਤੇ ਪੇਰੈਂਟਸ ਦਾ ਮੰਨਦੀ ਹਾਂ ਜਿਨ੍ਹਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਅੱਗੇ ਤੋਂ ਅੱਗੇ ਸਟੱਡੀ ਕਰਨ ਲਈ ਅਤੇ ਅੱਗੇ ਵਧਣ ਲਈ। ਅੱਛਾ ਮਹਿਕ, ਤੁਸੀਂ ਇਹ ਦੱਸੋ ਤੁਸੀਂ SD ਕਾਲਜ ਕਦੋਂ ਜੁਆਇਨ ਕੀਤਾ ਸੀ? ਮੈਂ SD ਕਾਲਜ ਪਲੱਸ 1 ਵਿੱਚ ਜੁਆਇਨ ਕੀਤਾ। ਪਲੱਸ 1 ਪਲੱਸ 2 ਮੈਂ ਨੋਨ ਮੈਡੀਕਲ ਸਟ੍ਰੀਮ ਵਿੱਚ ਕੀਤੀ ਪਰ ਮੇਰਾ ਇੰਟਰਸਟ ਡਿਜ਼ਾਈਨਿੰਗ ਵਿੱਚ ਸੀ, ਇਸ ਕਰਕੇ ਮੈਂ ਆਪਣੀ ਗ੍ਰੈਜੂਏਸ਼ਨ ਫੈਸ਼ਨ ਡਿਜ਼ਾਈਨਿੰਗ ਵਿੱਚ ਖਤਮ ਕੀਤੀ। ਅਮਨਜੋਤ, ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਘੱਟ ਕਿੰਨੇ ਘੰਟੇ ਪੜ੍ਹਦੇ ਹੋ? ਮੈਂ ਕਾਲਜ ਤੋਂ ਬਾਅਦ ਜਾ ਕੇ ਜਦੋਂ ਵੀ ਮੈਨੂੰ ਘਰ ਟਾਈਮ ਮਿਲਦਾ ਹੈ ਮੈਂ ਆਪਣਾ ਟਾਈਮ ਸਟੱਡੀ ਵੱਲ ਡਿਵੋਟ ਕਰਦੀ ਹਾਂ ਅਤੇ ਇਗਜ਼ਾਮ ਟਾਈਮ ਮੈਂ ਆਪਣੀ ਪੂਰੀ ਕੰਸਨਟ੍ਰੇਸ਼ਨ ਸਟੱਡੀ ਵੱਲ ਦਿੰਦੀ ਹਾਂ ਅਤੇ ਆਪਣੇ ਆਪ ਨੂੰ ਫਰੈਸ਼ ਕਰਨ ਲਈ ਵਿੱਚ ਵਿੱਚ ਮੈਂ TV ਐਂਡ ਐਂਟਰਟੇਨਮੈਂਟ ਵੀ ਕਰਦੀ ਹਾਂ। ਦਿਵਿਆ, ਤੁਸੀਂ BA ਦੇ ਸਟੂਡੈਂਟ, ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ BA ਵਿੱਚ ਤੁਹਾਡੇ ਕੋਲ ਕਿਹੜੇ ਕਿਹੜੇ ਸਬਜੈਕਟ ਹਨ? ਮੇਰੇ ਕੋਲ BA ਵਿੱਚ ਡਬਲ ਮਿਊਜ਼ਿਕ, ਵੋਕਲ ਅਤੇ ਇੰਸਟਰੂਮੈਂਟ ਵਿਦ ਇਕਨੋਮਿਕਸ ਹਨ। ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਅੱਗੇ ਫਿਊਚਰ ਵਿੱਚ ਕੀ ਕਰਨਾ ਚਾਹੁੰਦੇ ਹੋ? ਮੈਂ ਅਮਨਜੋਤ ਤੋਂ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗੀ। ਫਿਊਚਰ 'ਚ ਮੈਂ ਬੈਂਕਿੰਗ ਲਾਈਨ ਜੁਆਇਨ ਕਰਨਾ ਚਾਹੁੰਦੀ ਹਾਂ। ਇਸ ਵਾਸਤੇ ਮੈਂ ਕਾਲਜ ਦੀਆਂ ਸਟਾਰਟ ਕੀਤੀਆਂ ਹੋਈਆਂ ਬੈਂਕ ਦੀਆਂ ਕੋਚਿੰਗ ਕਲਾਸਿਸ ਜੁਆਇਨ ਕੀਤੀਆਂ ਸੀ ਅਤੇ ਮੈਂ MCOM ਦੇ ਨਾਲ ਨਾਲ ਬੈਂਕ ਦੀ ਤਿਆਰੀ ਵੀ ਕਰ ਰਹੀ ਹਾਂ। ਮਹਿਕ, ਮੈਂ ਫਿਊਚਰ ਵਿੱਚ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਹਾਂ ਅਤੇ ਆਪਣੇ ਕਾਲਜ ਦੇ ਅਤੇ ਪੇਰੈਂਟਸ ਦਾ ਨਾਮ ਉੱਚਾ ਕਰਨਾ ਚਾਹੁੰਦੀ ਹਾਂ। ਦਿਵਿਆ, ਮੈਂ ਫਿਊਚਰ ਵਿੱਚ ਅੱਗੇ BMA ਇਕਨੋਮਿਕਸ ਕਰਨਾ ਚਾਹੁੰਦੀ ਹਾਂ ਕਿਉਂਕਿ ਮੇਰਾ ਇਕਨੋਮਿਕਸ ਵਿੱਚ ਬਹੁਤ ਇੰਟਰਸਟ ਹੈ। ਤੁਹਾਨੂੰ ਸੱਤਿਆ ਪ੍ਰੇਮ ਅਵਾਰਡ ਹਾਸਲ ਹੋਇਆ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ? ਮਹਿਕ, ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ। ਮੈਨੂੰ ਤਾਂ ਪ੍ਰਾਊਡ ਫੀਲ ਹੋ ਰਿਹਾ ਬਟ ਮੇਰੇ ਪੇਰੈਂਟਸ ਅਤੇ ਮੇਰੇ ਟੀਚਰਸ ਨੂੰ ਮੇਰੇ ਤੋਂ ਵੀ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਕਿਉਂਕਿ ਮੇਰੀ ਮਿਹਨਤ ਦੇ ਪਿੱਛੇ ਸਭ ਤੋਂ ਵੱਡਾ ਹੱਥ ਮੇਰੇ ਟੀਚਰਸ ਦਾ ਅਤੇ ਪੇਰੈਂਟਸ ਦਾ ਹੀ ਹੈ। ਅਮਨਜੋਤ, ਇਹ ਮੈਡਲ ਮਿਲਣਾ ਮੇਰੇ ਲਈ ਬਹੁਤ ਹੀ ਪ੍ਰਾਊਡ ਦੀ ਗੱਲ ਹੈ ਕਿਉਂਕਿ ਇਸ ਪਿੱਛੇ ਕੀਤੀ ਗਈ ਮਿਹਨਤ ਦੇ ਪਿੱਛੇ ਮੇਰੇ ਟੀਚਰਸ ਦਾ ਅਤੇ ਮੇਰੇ ਪੇਰੈਂਟਸ ਦਾ ਬਹੁਤ ਵੱਡਾ ਹੱਥ ਹੈ। ਦਿਵਿਆ, ਮੈਨੂੰ ਇਹ ਮੈਡਲ ਪਾ ਕੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਜਿਸ ਵਿੱਚ ਮੇਰੇ ਪੇਰੈਂਟਸ ਦਾ ਅਤੇ ਮੇਰੇ ਟੀਚਰਸ ਦਾ ਬਹੁਤ ਵੱਡਾ ਹੱਥ ਹੈ ਅਤੇ ਮੈਂ ਅੱਗੇ ਵੀ ਕੋਸ਼ਿਸ਼ ਕਰਾਂਗੀ ਕਿ ਹੋਰ ਮਿਹਨਤ ਕਰਕੇ ਦੁਬਾਰਾ ਮੈਡਲ ਹਾਸਲ ਕਰ ਸਕਾਂ। ਤੁਸੀਂ SD ਕਾਲਜ ਦੀਆਂ ਵਿਦਿਆਰਥਣਾਂ ਹੋ ਅਤੇ ਤੁਹਾਨੂੰ ਇਹ ਸਨਮਾਨ ਹਾਸਲ ਹੋਇਆ ਜੋ ਕਿ ਬਹੁਤ ਹੀ ਗੌਰਵਮਈ ਦਾ ਵਿਸ਼ਾ ਹੈ ਅਤੇ ਬਾਕੀ ਸਾਰਿਆਂ ਨੂੰ ਪ੍ਰੇਰਣਾ ਵੀ ਦਿੰਦਾ ਹੈ। ਸਾਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਸਾਡੇ ਕਾਲਜ ਦੀਆਂ ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਟੌਪ ਕਰਨ ਅਤੇ ਇਹ ਸਨਮਾਨ ਹਾਸਲ ਕਰਨ। ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਅਤੇ ਮੈਂ ਤੁਹਾਨੂੰ ਤੁਹਾਡੇ ਇਸ ਅਵਾਰਡ ਨਾਲ ਸਨਮਾਨਿਤ ਹੋਣ ਵਾਸਤੇ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾ ਦੇਣਾ ਚਾਹਾਂਗੀ। ਬਹੁਤ ਬਹੁਤ ਧੰਨਵਾਦ।